सोशल मीडिया से कुछ इस तरह दियाँ शब्दावलियां वरतिया जा रही ने कि जिहड़ियां सुन योग नहीं हैगियां। ये अपना काम नहीं है। 42.1% अपनी एवरेज, यानी कि लगभग हर दूजे बंदे ने अपन वोट पा दी। इस मैंडेट नूं आपां लोकां दे लई वरतना है, लोकां दे उत्ते नहीं वरतना। अपने दफ्तर खोलो हर हल्के च, लगभग हर हल्के दे वड्डे कस्बियां च, और इत्थे तुहानूं दफ्तर अपने फ्लैट च अपने घर च मिलणगे। एक मेरी बेनती है, टाइम ते है, 18-18 घंटे काम करना पऊगा। ਤਾਂ ਕਿਤੇ ਉਲਝੀ ਹੋਈ ਤਾਂ ਨਹੀਂ, 70 ਸਾਲ ਨਾਲ ਤਾਂ ਰਲਾਂਗੇ, 70 ਸਾਲ ਪਿੱਛੇ ਰਹਿ ਗਏ। ਅਤੇ ਫਿਰ ਇਹਦੇ ਵਾਸਤੇ ਆਪਾਂ ਇੱਧਰ ਉੱਧਰ ਨਹੀਂ ਦੇਖਣਾ ਕਿ ਮੇਰੇ ਪਿੱਛੇ ਕੌਣ ਨੇ ਜਾਂ ਮੇਰੇ ਬਰਾਬਰ ਕੌਣ ਨੇ। ਸਿਰਫ ਟਾਰਗੇਟ ਹੋਣਾ ਚਾਹੀਦਾ ਰੀਵਨ। ਮੋਹਾਲੀ 'ਚ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਵੇਂ ਬਣੇ ਵਿਧਾਇਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਅਰਵਿੰਦ ਕੇਜਰੀਵਾਲ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ। ਭਗਵੰਤ ਮਾਨ ਦੇ ਵੱਲੋਂ ਨਵੇਂ ਬਣੇ ਵਿਧਾਇਕਾਂ ਨੂੰ ਰਲ ਮਿਲ ਕੇ ਚੱਲਣ ਦੇ ਲਈ ਕਿਹਾ ਗਿਆ। ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ ਅਤੇ ਸਾਡੀ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ। ਭਗਵੰਤ ਮਾਨ ਨੇ ਮੋਹਾਲੀ 'ਚ ਵਿਧਾਇਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਜਿਤਾਇਆ ਹੈ ਅਤੇ ਆਮ ਆਦਮੀ ਪਾਰਟੀ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ। ਦੱਸੀ ਕਿ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 1 ਮਹੀਨੇ 'ਚ ਨੌਕਰੀਆਂ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ। ਕੋਈ ਇਸ ਤਰ੍ਹਾਂ ਦਾ ਬਦਲਾਖੋਰੀ ਦੀ ਨੀਤੀ, ਜਿਸ ਤਰ੍ਹਾਂ ਰਾਘਵ ਜੀ ਨੇ ਕਿਹਾ, ਕੁਛ ਸ਼ਿਕਾਇਤਾਂ ਆਈਆਂ ਨੇ ਕਿ ਸੋਸ਼ਲ ਮੀਡੀਆ 'ਤੇ ਕੁਛ ਇਸ ਤਰ੍ਹਾਂ ਦੀਆਂ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਸੁਣਨ ਯੋਗ ਨਹੀਂ ਹੈਗੀਆਂ। ਇਹ ਆਪਣਾ ਕੰਮ ਨਹੀਂ ਹੈਗਾ। ਜਦੋਂ ਮੈਂ ਰੋਡ ਸ਼ੋਅ ਕਰਦਾ ਸੀ, ਕੋਈ ਆਪਣਾ ਨੌਜਵਾਨ ਕਈ ਵਾਰੀ ਐਕਸਾਈਟਡ ਹੋ ਜਾਂਦੇ ਨੇ, ਸ਼ਹਿਰ 'ਚ ਲੰਘਦੇ ਲੰਘਦੇ ਕੋਈ ਬੁਲਟ ਮੋਟਰਸਾਈਕਲ ਦਾ ਪਟਾਕਾ ਪਾ ਦਿੰਦਾ ਸੀ, ਇਮੀਡੀਏਟਲੀ ਰੋਡ ਸ਼ੋਅ ਰੋਕ ਕੇ ਅਸੀਂ ਪਹਿਲਾਂ ਪਤਾ ਕਰਦੇ ਸੀ ਕਿਹੜੇ ਮੁੰਡੇ ਨੇ ਕੀਤਾ, ਫਿਰ ਉਹਨੂੰ ਪਿਆਰ ਨਾਲ ਕਹਿੰਦੇ ਸੀ, ਨਾ ਆਪਾਂ ਇੱਥੇ ਹੁੱਲੜਬਾਜ਼ੀ ਕਰਨੀ ਆਏ, ਆਪਾਂ ਲੋਕਾਂ ਨੂੰ ਡਰਾਉਣ ਨਹੀਂ ਆਏ, ਆਪਾਂ ਆਰਾਮ ਨਾਲ ਗੱਲ ਕਰਕੇ ਆਪਣਾ ਹੱਥ ਬੰਨ ਕੇ ਲੋਕਾਂ ਨੂੰ ਕਹੋ ਕਿ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਏ। ਤੁਹਾਡੇ 'ਚੋਂ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ 50-50 ਹਜ਼ਾਰ, 70-70 ਹਜ਼ਾਰ, 65-65 ਹਜ਼ਾਰ ਅਤੇ 75-75 ਹਜ਼ਾਰ 'ਤੇ ਜਿੱਤ ਕੇ ਆਏ। ਮਤਲਬ ਵਿਧਾਨ ਸਭਾ ਦੇ ਵਿੱਚ 60-70-75 ਦਾ ਮਾਰਜਨ ਹੋਣਾ, ਇਟ ਮੀਨਸ ਉੱਧਰ ਕਿਸੇ ਨੇ ਪਾਈ ਹੋਈ ਨਹੀਂ। 1.25 ਲੱਖ ਤਾਂ 1.25 ਲੱਖ ਦੀ ਐਵਰੇਜ ਲਾ ਲਓ, 1 ਲੱਖ ਤੋਂ 1.25 ਲੱਖ ਦੇ ਵਿੱਚ ਐਵਰੇਜ ਲਾ ਲਓ, ਵੋਟ ਪੋਲ ਹੁੰਦੀ ਹੈ, ਐਵਰੇਜ ਪਾ ਲਈਏ ਤਾਂ 92 ਆ, ਜਾਣੀ ਕਿ 1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਾਂ ਨੂੰ ਵੋਟਾਂ ਪਾ ਕੇ ਇੱਥੇ ਭੇਜਿਆ। 42.1% ਆਪਣੀ ਐਵਰੇਜ, ਯਾਨੀ ਕਿ ਲਗਭਗ ਹਰ ਦੂਜੇ ਬੰਦੇ ਨੇ ਆਪਾਂ ਨੂੰ ਵੋਟ ਪਾ ਦਿੱਤੀ। ਇਸ ਮੈਂਡੇਟ ਨੂੰ ਆਪਾਂ ਲੋਕਾਂ ਦੇ ਲਈ ਵਰਤਣਾ, ਲੋਕਾਂ ਦੇ ਉੱਤੇ ਨਹੀਂ ਵਰਤਣਾ ਕਿ ਅਸੀਂ ਡਰਾਉਣ ਲੱਗ ਜਾਈਏ SHO ਨੂੰ, ਤਹਿਸੀਲਦਾਰ ਨੂੰ, ਪਟਵਾਰੀ ਨੂੰ। ਪਿਆਰ ਨਾਲ ਗੱਲ ਕਰ ਲਓ, ਜੇ ਸੁਧਾਰਨ ਦੀ ਲੋੜ ਹੈ ਕਿਤੇ ਜਾ ਕੇ ਉੱਥੇ ਕਹੋ ਉਹਨਾਂ ਨੂੰ ਕਿ ਸਾਨੂੰ ਦੱਸੋ ਜੀ ਕੀ ਚਾਹੀਦਾ, ਤੁਸੀਂ ਬੜੇ ਅੱਛੇ ਹੋ, ਤੁਹਾਨੂੰ ਸਿਸਟਮ ਨੇ ਇਸ ਚਿੱਕੜ ਦੇ ਵਿੱਚ ਸੁੱਟਿਆ ਹੋਇਆ, ਸਾਨੂੰ ਦੱਸੋ ਇਹਨੂੰ ਸਾਫ਼ ਕਰਨ ਵਾਸਤੇ ਸਰਕਾਰੇ ਦੁਆਰੇ ਤੋਂ ਕੀ ਚਾਹੀਦਾ, ਆਪਾਂ ਪ੍ਰੋਵਾਈਡ ਕਰਾਵਾਂਗੇ। ਕਿਉਂਕਿ ਦੇਖੋ, ਮੈਂ ਪਹਿਲਾਂ ਐਗਜ਼ਾਮਪਲ ਵੀ ਦਿੰਦਾ ਰਿਹਾ, ਲਗਭਗ ਖੇਤੀ ਵਾਲੇ ਹਾਂ ਸਾਰੇ, ਜੇ ਖਾਲ ਦੇ ਵਿੱਚੋਂ ਖੱਡ ਪੈ ਜੇ ਇੱਕ, ਉਹਨੂੰ ਜੇ ਤੁਸੀਂ ਬਾਹਰੋਂ ਅੱਡੀ ਮਾਰੋਗੇ ਉਹ ਇੱਧਰਲੇ ਪਾਸੋਂ ਨਿਕਲ ਜੂਗੀ, ਜੇ ਇੱਧਰਲੇ ਪਾਸੇ ਅੱਡੀ ਮਾਰੋਗੇ ਉਹ ਉੱਧਰਲੇ ਪਾਸੋਂ ਨਿਕਲ ਜੂਗੀ। ਜਿੰਨਾ ਚਿਰ ਅੱਡੀ ਅੰਦਰ ਨਹੀਂ ਵੱਜਦੀ ਖਾਲ ਦੇ ਪਾਣੀ ਦੇ, ਉਹਨਾਂ ਚਿਰ ਉਹ ਖੱਡ ਬੰਦ ਨਹੀਂ ਹੁੰਦੀ। ਸੋ ਤੁਸੀਂ ਉੱਥੇ ਆਪਦੇ ਛੋਟੇ ਮੋਟੇ ਕਰਮਚਾਰੀਆਂ ਨੂੰ, ਅਧਿਕਾਰੀਆਂ ਨੂੰ ਘੂਰੀ ਜਾਓਗੇ, ਉਹਦੇ ਨਾਲ ਖੱਡ ਬੰਦ ਨਹੀਂ ਹੋਣੀ। ਸਾਨੂੰ ਦੱਸੋ ਇੱਥੋਂ ਅੱਡੀ ਵੱਜੂਗੀ,
ਜਦੋਂ ਇੱਥੋਂ ਚੰਡੀਗੜ੍ਹੋਂ ਅੱਡੀ ਵੱਜ ਗਈ ਉਦੋਂ ਬੰਦ ਹੋ ਗਈ। ਸੋ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ, ਆਰਡਰ ਕੋਈ ਹੋਰ ਦਿੰਦੇ ਰਹੇ ਨੇ, ਸਸਪੈਂਡ ਕੋਈ ਹੋਰ ਹੁੰਦੇ ਰਹੇ ਨੇ, ਗਲਤ ਕੰਮ ਕੋਈ ਹੋਰ ਕਰਾਉਂਦਾ ਰਿਹਾ, ਸਸਪੈਂਡ ਕੋਈ ਹੋਰ ਹੁੰਦਾ ਰਿਹਾ। ਉਹੀ ਨਾ ਤਕੜੇ ਦੀ ਸੱਤੀ ਵੀਹ ਸੌ, ਜਿਹਦੀ ਜਿਹਦੇ ਚੱਲਦੀ ਹੈ ਚਲਾ ਜਾਂਦਾ। ਇਹ ਹੁਣ ਨਹੀਂ ਚੱਲੂਗਾ। 25,000 ਨੌਕਰੀਆਂ ਦਾ ਕੱਲ੍ਹ ਆਪਾਂ ਨੇ ਵਾਅਦਾ ਕੀਤਾ, ਗਰੰਟੀ ਦਿੱਤੀ ਹੈ, ਔਰ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਰਿਕਰੂਟਮੈਂਟਸ, ਉਹਨਾਂ ਦਾ ਐਡਵਰਟਾਈਜ਼ਮੈਂਟ ਨੋਟੀਫਿਕੇਸ਼ਨ ਜਾਰੀ ਹੋਜੂਗਾ। ਔਰ ਉਹਦੇ ਵਾਸਤੇ ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਣਗੇ, ਸਾਡਾ ਮੁੰਡਾ ਹੈ ਜੀ, ਆਹ ਸਾਡੀ ਕੁੜੀ ਹੈ ਜੀ, ਆਹ ਥੋੜ੍ਹਾ ਜਿਹਾ ਇੰਨੇ ਕੁ ਜੇ ਕਿਤੇ ਹੋ ਜੇ ਤੁਹਾਡੇ ਸਾਈਨ, ਮੈਂ ਥੋੜ੍ਹੇ ਜਿਹੇ ਨੰਬਰ ਘੱਟਦੇ ਨੇ, ਇਹਦਾ ਮਤਲਬ ਜੇ ਤੁਸੀਂ ਸਾਈਨ ਕਰਦੇ ਹੋ, ਸਿਫਾਰਿਸ਼ ਕਰਦੇ ਹੋ, ਤੁਸੀਂ ਕਿਸੇ ਹੋਰ ਦਾ ਹੱਕ ਮਾਰ ਰਹੇ ਹੋ, ਭਾਵੇਂ ਉਹ ਉਹਦੀ ਸ਼ਾਇਦ ਤੁਹਾਡੇ ਤੱਕ ਪਹੁੰਚਣਾ ਹੋਵੇ, ਭਾਵੇਂ ਵੋਟ ਉਹਨੇ ਆਪਾਂ ਨੂੰ ਹੀ ਪਾਈ ਹੋਵੇ। ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਨਵੇਂ ਬਣੇ ਵਿਧਾਇਕਾਂ ਨੂੰ ਜਿੱਥੇ ਵਧਾਈ ਦਿੱਤੀ ਗਈ, ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਵੇਂ ਬਣੇ ਵਿਧਾਇਕਾਂ ਨੂੰ ਆਪਣੇ ਦਫ਼ਤਰ ਖੋਲ੍ਹ ਕੇ ਰੱਖਣੇ ਚਾਹੀਦੇ ਨੇ ਅਤੇ ਸਮੇਂ ਦੇ ਪਾਬੰਦ ਜ਼ਰੂਰ ਬਣਨਾ ਚਾਹੀਦਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਮਾੜੀ ਕੰਮ ਦੀ ਸਿਫਾਰਿਸ਼ ਨਾ ਕਰਿਓ ਅਤੇ ਚੰਗੇ ਕੰਮ ਦਾ ਖਹਿੜਾ ਕਦੇ ਵੀ ਨਾ ਛੱਡਿਓ। ਭਗਵੰਤ ਮਾਨ ਨੇ ਨਵੇਂ ਬਣੇ ਵਿਧਾਇਕਾਂ ਨੂੰ ਇਹ ਵੀ ਨਸੀਹਤ ਦਿੱਤੀ ਕਿ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਵੀ ਭੇਦਭਾਵ ਨਾ ਕੀਤਾ ਜਾਵੇ ਅਤੇ ਸਮੇਂ ਦੇ ਪਾਬੰਦ ਹੋ ਕੇ ਲੋਕਾਂ ਦੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤੇ ਜਾਣ। ਦੱਸੀ ਕਿ ਭਗਵੰਤ ਮਾਨ ਦੇ ਵੱਲੋਂ ਨਵੇਂ ਬਣੇ ਵਿਧਾਇਕਾਂ ਨੂੰ 18-18 ਘੰਟੇ ਕੰਮ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਆਪਣੇ ਦਫ਼ਤਰ ਖੋਲ੍ਹੋ ਹਰ ਹਲਕੇ 'ਚ, ਲਗਭਗ ਹਰ ਹਲਕੇ ਦੇ ਵੱਡੇ ਕਸਬਿਆਂ 'ਚ, ਔਰ ਇੱਥੇ ਤੁਹਾਨੂੰ ਦਫ਼ਤਰ ਆਪਣੇ ਫਲੈਟ 'ਚ, ਆਪਣੇ ਘਰ 'ਚ ਮਿਲਣਗੇ। ਇੱਕ ਮੇਰੀ ਬੇਨਤੀ ਹੈ, ਟਾਈਮ 'ਤੇ ਆਇਆ ਕਰੋ। ਜੇ ਤੁਸੀਂ ਲੇਟ ਹੋ, ਫਿਰ ਜੇ ਪਬਲਿਕ ਨੂੰ ਵੇਟ ਹੀ ਕਰਨਾ ਪੈ ਗਿਆ, ਫਿਰ ਤਾਂ ਮਤਲਬ ਨਹੀਂ ਹੋ ਸਕਦਾ ਕੰਮ। ਇਹ ਵਕਤ ਦੇ ਪਾਬੰਦ ਜ਼ਰੂਰ ਬਣਿਓ। ਜਿਹੜਾ ਵਕਤ ਦਾ ਪਾਬੰਦ ਹੈ, ਵਕਤ ਉਹਦਾ ਸਾਥ ਦਿੰਦਾ ਹੈ। ਜਿਹੜਾ ਵਕਤ ਤੋਂ ਪਿੱਛੇ ਰਹਿ ਜਾਂਦਾ ਤਾਂ ਫਿਰ ਵਕਤ ਬਹੁਤ ਅੱਗੇ ਲੰਘ ਜਾਂਦਾ। ਸੋ ਟਾਈਮ ਦੇ ਪਾਬੰਦ ਬਣਨਾ। ਕੋਈ ਮੀਟਿੰਗ, ਕੋਈ ਲੋਕਾਂ ਨਾਲ, ਕੋਈ ਦਰਬਾਰ ਰੱਖਿਆ ਜਨਤਾ ਨਾਲ ਮੀਟਿੰਗ ਹੈ, ਟਾਈਮ 'ਤੇ ਜਾ ਕੇ ਬੈਠੋ। ਪਬਲਿਕ ਨੂੰ ਇੱਕ ਦੋ ਵਾਰੀ, ਕਈ ਵਾਰੀ ਪਬਲਿਕ ਨੂੰ ਵੀ ਲੱਗ ਜਾਂਦਾ 10 ਵਜੇ ਦਾ ਟਾਈਮ ਦਿੱਤਾ, 1:30 ਦਾ ਸੌਣਗੇ। ਜਦੋਂ ਇੱਕ ਦੋ ਵਾਰੀ ਤੁਸੀਂ 10 ਵਜੇ ਬਹਿ ਗਏ ਨਾ, ਬਾਅਦ 'ਚ ਪਬਲਿਕ ਟਾਈਮ 'ਤੇ ਆਉਣ ਲੱਗ ਜਾਂਦੀ ਹੈ। ਸੋ ਇਸ ਗੱਲ ਨੂੰ ਆਪਾਂ ਨੇ ਸ਼ੋਰ ਕਰਨਾ ਕਿ ਆਪਾਂ ਨੇ ਇੱਕ ਵੀ ਘੰਟਾ, ਇੱਕ ਵੀ ਅੱਧਾ ਘੰਟਾ, ਪੌਣਾ ਘੰਟਾ ਖਰਾਬ ਨਹੀਂ ਕਰਨਾ। 18-18 ਘੰਟੇ ਕੰਮ ਕਰਨਾ ਪਊਗਾ, ਤਾਂ ਕਿਤੇ ਉਲਝੀ ਹੋਈ ਤਾਂ ਨਹੀਂ। 70 ਸਾਲ ਨਾਲ ਤਾਂ ਰਲਾਂਗੇ, 70 ਸਾਲ ਪਿੱਛੇ ਰਹਿ ਗਏ, ਅਤੇ ਫਿਰ ਇਹਦੇ ਵਾਸਤੇ ਆਪਾਂ ਇੱਧਰ ਉੱਧਰ ਨਹੀਂ ਦੇਖਣਾ ਕਿ ਮੇਰੇ ਪਿੱਛੇ ਕੌਣ ਨੇ ਜਾਂ ਮੇਰੇ ਬਰਾਬਰ ਕੌਣ ਨੇ। ਸਿਰਫ ਟਾਰਗੇਟ ਹੋਣਾ ਚਾਹੀਦਾ ਰੀਵਨ। ਜਿੰਨਾ ਚਿਰ ਰੀਵਨ ਟੱਚ ਨਹੀਂ ਕਰਦੇ, ਰੇਸ ਖਤਮ ਨਹੀਂ ਹੁੰਦੀ। ਔਰ ਰੀਵਨ ਦਾ ਮਤਲਬ ਹੈ ਰੰਗਲਾ ਪੰਜਾਬ, ਰੀਵਨ ਤੋਂ ਅੱਗੇ ਰੰਗਲਾ ਪੰਜਾਬ ਹੈ। ਤਾਂ ਆਪਾਂ ਰੀਵਨ ਤੱਕ ਰੇਸ ਵਧੀਆ ਤਰੀਕੇ ਨਾਲ ਲਾ ਦਈਏ। ਅੱਗੇ ਪੰਜਾਬ, ਉਹ ਪੰਜਾਬ ਹੈ ਜਿਹੜਾ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਗਿੱਧਿਆਂ ਵਾਲਾ, ਭੰਗੜਿਆਂ ਵਾਲਾ, ਮੁਗਦਰ ਚੱਕਦਾ, ਕਬੱਡੀਆਂ ਖੇਡਦਾ, ਛਿੰਝਾਂ ਵਾਲਾ, ਜਰਨੈਲਾਂ ਦਾ ਪੰਜਾਬ, ਫੌਜ 'ਚ ਭਰਤੀ ਹੋਣ ਦੇ ਵਾਸਤੇ ਮਸ਼ਹੂਰ ਪੰਜਾਬ, ਬੜੇ ਬੜੇ ਸਿੰਗਰਾਂ ਦਾ, ਬੜੇ ਬੜੇ ਰਾਈਟਰਾਂ ਦਾ ਪੰਜਾਬ, ਉਹ ਪੰਜਾਬ ਜਿਹੜਾ ਆਪਾਂ ਵਾਪਸ ਲਿਆ ਸਕਦੇ ਹਾਂ ਜੇ ਤੁਹਾਡੀ ਰੇਸ ਦੇ ਵਿੱਚ ਕੋਈ ਕਮੀ ਨਾ ਹੋਵੇ। ਅਤੇ ਇਹ ਨਾ ਦੇਖੋ ਕਿ ਇੱਧਰ ਕੌਣ ਹੈ, ਇੱਧਰ ਕੌਣ ਹੈ, ਬਸ ਸਿੱਧਾ ਟਾਰਗੇਟ ਇੱਕ ਰੱਖੋ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਬਹੁਤ ਬਹੁਤ ਤੁਹਾਨੂੰ ਵਧਾਈਆਂ ਨੇ। ਜਾ ਕੇ ਪਿੰਡਾਂ ਦੇ ਵਿੱਚ ਕੰਮ ਕਰੋ, ਖੁਸ਼ੀਆਂ ਮਨਾ ਲਈਆਂ। ਹੁਣ 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 ਦੇਖੋ, ਨੈਲਸਨ ਮੰਡੇਲਾ ਜੀ ਨੇ ਕਿਹਾ ਸੀਗਾ ਕਿ ਜਦੋਂ ਲੋਕ, ਨੈਲਸਨ ਮੰਡੇਲਾ ਨੇ ਜੀ ਪੁੱਛਿਆ ਕਿ ਲੀਡਰ ਕਿਵੇਂ ਬਣਦੇ ਨੇ, ਲੋਕ ਲੀਡਰ ਕਿਹਨੂੰ ਮੰਨਦੇ ਨੇ, ਤਾਂ ਉਹਨਾਂ ਨੇ ਕਿਹਾ ਜਦੋਂ ਲੋਕਾਂ ਨੇ ਖੁਸ਼ੀ ਮਨਾਉਣੀ ਹੋਵੇ, ਕੌਮ ਨੇ ਕੋਈ ਖੁਸ਼ੀ ਮਨਾਉਣੀ ਹੋਵੇ, ਤਾਂ ਆਪ ਪਿੱਛੇ ਹੋ ਜਾਓ, ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ। ਅਤੇ ਕਹਿੰਦੇ ਜਦੋਂ ਕੌਮ 'ਤੇ ਕੋਈ ਭੀੜ ਪੈ ਜਾਵੇ, ਕੋਈ ਦੁੱਖ ਆ ਜਾਣ, ਕੋਈ ਮਸਲੇ ਆ ਜਾਣ, ਆਪ ਅੱਗੇ ਲੱਗੋ,
ਲੋਕਾਂ ਨੂੰ ਕਹੋ ਆਓ ਪਿੱਛੇ ਆਪਾਂ ਇਸ ਸਮੱਸਿਆ ਦਾ ਸਾਹਮਣਾ ਕਰਾਂਗੇ, ਲੜਾਂਗੇ, ਅਤੇ ਤਾਂ ਲੋਕ ਤੁਹਾਨੂੰ ਲੀਡਰ ਮੰਨ ਲੈਂਦੇ। ਇੱਕ ਇਹ ਉਲਟਾ ਕਰਦੇ ਰਹੇ ਆ, ਪਹਿਲਾਂ ਖੁਸ਼ੀ ਤਾਂ ਆਪ ਮਨਾਉਂਦੇ ਰਹੇ ਨੇ, ਲੀਡਰ ਮਹਿਫਲਾਂ ਲੱਗਦੀਆਂ ਰਹੀਆਂ ਮਹਿਲਾਂ 'ਚ, ਅਤੇ ਦੁੱਖਾਂ ਵੇਲੇ ਸਾਨੂੰ ਕਹਿੰਦੇ ਸੀ ਕੁਰਬਾਨੀ ਲਈ ਤਿਆਰ ਰਹੋ ਵੀ, ਦੁੱਖਾਂ ਵੇਲੇ ਲੋਕਾਂ ਨੂੰ ਅੱਗੇ ਕਰ ਦਿੰਦੇ ਸੀ। ਸੋ ਇਸ ਕਰਕੇ ਇਸੇ ਕਰਕੇ ਲੋਕਾਂ ਨੇ ਇਹਨਾਂ ਦਾ ਪੱਤਾ ਸਾਫ਼ ਕੀਤਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਦੱਸ ਦਈਏ ਕਿ ਭਗਵੰਤ ਮਾਨ ਦੇ ਵੱਲੋਂ ਅੱਜ ਮੋਹਾਲੀ ਦੇ ਵਿੱਚ ਨਵੇਂ ਬਣੇ ਵਿਧਾਇਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਹਨਾਂ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਕੀਤੀ ਗਈ। ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਨੂੰ ਕਈ ਨਸੀਹਤਾਂ ਅਤੇ ਸਲਾਹਾਂ ਵੀ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਨਫਰੰਸ ਰਾਹੀਂ ਅਰਵਿੰਦ ਕੇਜਰੀਵਾਲ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਵੀ ਨਵੇਂ ਬਣੇ ਵਿਧਾਇਕਾਂ ਨੂੰ ਇਮਾਨਦਾਰੀ ਦੇ ਰਾਹ 'ਤੇ ਚੱਲਣ ਦੀ ਅਪੀਲ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਨਵੇਂ ਬਣੇ ਵਿਧਾਇਕਾਂ ਮੁੱਖ ਮੰਤਰੀ ਸਣੇ ਕੱਲ੍ਹ 10 ਨਵੇਂ ਮੰਤਰੀਆਂ ਦੇ ਵੱਲੋਂ ਸਹੁੰ ਚੁੱਕ ਲਈ ਗਈ ਹੈ ਅਤੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕਈ ਵੱਡੇ ਐਲਾਨ ਵੀ ਕੀਤੇ ਜਾ ਚੁੱਕੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।